ਮੇਰੇ ਕੋਲ ਫੇਸਬੁੱਕ ਤੇ ਇੱਕ ਮੈਸੇਜ ਆਇਆ ਸੀਗਾ, ਬੜਾ ਇੰਟਰਸਟਿੰਗ ਮੈਸੇਜ ਸੀਗਾ, ਜੋਵੀਅਲ ਵੇਚ ਮੈਸੇਜ ਸੀਗਾ ਕਿ ਅੱਜ ਕੱਲ੍ਹ ਕੰਜ਼ਿਊਮਰ ਐਕਟ ਜਿਹੜਾ ਹੈ, ਸਭ ਕੋਈ ਗਲਤੀ ਹੁੰਦੀ ਹੈ ਚਾਹੇ ਡਾਕਟਰਸ ਹੈ ਚਾਹੇ ਕੋਈ ਵੀ ਹੈ, ਉਹਨਾਂ ਨੂੰ ਪਨਿਸ਼ਮੈਂਟ ਜਾਂ ਉਹਨਾਂ ਦੇ ਉੱਤੇ ਕੇਸ ਫਾਈਲ ਕਰ ਦਿੱਤਾ ਜਾਂਦਾ ਹੈ। ਅਤੇ ਉਹ ਮੈਸੇਜ ਦੇ ਵਿੱਚ ਸੀਗਾ ਕਿ ਜਿਹੜੇ ਐਸਟ੍ਰੋਲੋਜਰਸ ਹੈ, ਠੀਕ ਹੈ, ਜਿੰਨੀਆਂ ਵੀ ਸ਼ਾਦੀਆਂ ਕਰਾਉਂਦੇ ਨੇ, ਕੁੰਡਲੀ ਮੇਲ ਕੇ ਪੱਤਰੀ ਮੇਲ ਕੇ ਕਰਾਉਂਦੇ ਨੇ, ਉਸ ਤੋਂ ਬਾਅਦ ਜੇ ਡਾਇਵੋਰਸਿਸ ਹੁੰਦੇ ਨੇ ਜਾਂ ਲੜਾਈਆਂ ਹੁੰਦੀਆਂ ਨੇ, ਅਤੇ ਐਸਟ੍ਰੋਲੋਜਰਸ ਦੇ ਉੱਤੇ, ਫੋਰਚੂਨ ਟੈਲਰਸ ਦੇ ਉੱਤੇ 420 ਦਾ ਕੇਸ ਕੀਤਾ ਜਾਵੇ। ਇਟ ਵਾਜ ਪੁੱਟ ਇਨ ਅ ਜੋਵੀਅਲ ਵੇ। ਸੋ ਦੈਨ ਆਈ ਥੋਟ ਕਿ ਇੱਕ ਸਟੋਰੀ ਐਸਟ੍ਰੋਲੋਜੀ ਦੇ ਉੱਤੇ ਸ਼ੇਅਰ ਕਰਦੇ ਹਾਂ ਕਿ ਸਾਡਾ ਕਨਸੈਪਟ ਐਸਟ੍ਰੋਲੋਜੀ ਦਾ ਜਿਹੜਾ ਥੋੜ੍ਹਾ ਜਿਹਾ ਕਲੀਅਰ ਹੋਵੇ। ਅਕਸਰ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜੀ ਡੈਸਟੀਨੀ ਹੁੰਦੀ ਹੈ ਉਹਦੀ ਤਾਂ ਇੱਕ ਇਨਸਾਨ ਵੱਖਰੀ ਤਰੀਕੇ ਦੀ ਚਿੰਤਾ ਕਰਦਾ, ਪਰ ਜਦੋਂ ਤੁਸੀਂ ਫੋਰਚੂਨ ਟੈਲਰਸ ਕੋਲ ਜਾਂਦੇ ਹੋ ਜਾਂ ਐਸਟ੍ਰੋਲੋਜਰ ਕੋਲ ਜਾਂਦੇ ਹੋ, ਉਹ ਜੋ ਤੁਹਾਨੂੰ ਦੱਸ ਦਿੰਦੇ ਨੇ ਨਾ, ਤੁਹਾਨੂੰ ਆਪਣੀ ਅਸਲੀ ਚਿੰਤਾ ਦੀ ਬਜਾਏ ਉਹਨਾਂ ਦੀ ਗੱਲ ਦੀ ਚਿੰਤਾ ਜ਼ਿਆਦਾ ਲੱਗਣੀ ਸ਼ੁਰੂ ਹੋ ਜਾਂਦੀ ਹੈ। ਇਹਨੂੰ ਮੈਂ ਐਕਸਪਲੇਨ ਇੱਕ ਸਟੋਰੀ 'ਚ ਕਰਦੀ ਹਾਂ। ਇਸ ਤਰ੍ਹਾਂ ਕਿ ਇੱਕ ਬਹੁਤ ਉੱਚੇ ਸੰਨਿਆਸੀ ਹੁੰਦੇ ਨੇ, ਉਹਨਾਂ ਨੂੰ ਬਹੁਤ ਜ਼ਿਆਦਾ ਸਿੱਧੀਆਂ ਪ੍ਰਾਪਤ ਹੁੰਦੀਆਂ, ਉਹਨਾਂ ਦਾ ਗੁਰੂਕੁਲ ਹੁੰਦਾ, ਅਤੇ ਉਹ ਗੁਰੂਕੁਲ ਦੇ ਵਿੱਚ ਉਹਨਾਂ ਦਾ ਇੱਕ ਸ਼ਿਸ਼ਯ ਬਾਲਕ ਹੁੰਦਾ, 10 ਸਾਲ ਦਾ ਹੁੰਦਾ, ਉਹ ਬਹੁਤ ਹੋਣਹਾਰ ਬਾਲਕ ਹੁੰਦਾ, ਅਤੇ ਗੁਰੂ ਜੀ ਨੂੰ ਉਹਦੇ ਉੱਤੇ ਬਹੁਤ ਮਾਣ ਹੁੰਦਾ, ਅਤੇ ਉਹਨਾਂ ਨੂੰ ਲੱਗਦਾ ਕਿ ਇਹ ਬੱਚਾ ਜਿਹੜਾ ਵੈ ਬਾਲਕ ਵੱਡਾ ਹੋ ਕੇ ਅਤੇ ਬਹੁਤ ਮਾਨਵਤਾ ਕਲਿਆਣ ਦੇ ਕੰਮ ਕਰੇਗਾ ਔਰ ਬਹੁਤ ਉੱਚੀ ਵਿੱਦਿਆ ਪ੍ਰਾਪਤ ਕਰੇਗਾ। ਬਹੁਤ ਸਾਰੀਆਂ ਸਿੱਧੀਆਂ ਪ੍ਰਾਪਤ ਦੇ ਨਾਲ ਨਾਲ ਉਹਨਾਂ ਨੂੰ ਐਸਟ੍ਰੋਲੋਜੀ ਦੇ ਬਾਰੇ ਵੀ ਬਹੁਤ ਗਿਆਨ ਪ੍ਰਾਪਤ ਹੁੰਦਾ ਹੈ। ਅਤੇ ਇੱਕ ਦਿਨ ਉਹਦੀ ਬੱਚੇ ਦੀ ਕੁੰਡਲੀ ਖੋਲ੍ਹ ਲੈਂਦੇ ਨੇ, ਅਤੇ ਕੁੰਡਲੀ ਖੋਲ੍ਹ ਕੇ ਹੈਰਾਨ ਹੋ ਜਾਂਦੇ ਨੇ ਕਿ ਉਹ ਬੱਚੇ ਦੀ ਉਮਰ ਜਿਹੜੀ ਹੈ ਉਹ 12 ਸਾਲ ਲਿਖੀ ਹੁੰਦੀ ਹੈ। ਬਹੁਤ ਉਹਨਾਂ ਨੂੰ ਦੁੱਖ ਲੱਗਦਾ ਅਤੇ ਬੜੇ ਸ਼ੌਕ ਵਿੱਚ ਚਲੇ ਜਾਂਦੇ ਨੇ ਕਿ 10 ਸਾਲ ਦਾ ਬੱਚਾ ਹੋ ਗਿਆ ਅਤੇ 12 ਸਾਲ ਇਹਦੀ ਉਮਰ ਲਿਖੀ ਹੈ, ਅਤੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਇੰਨਾ ਹੋਣਹਾਰ ਬਾਲਕ ਹੈ, ਬਹੁਤ ਪਾਵਰ ਹੁੰਦੀਆਂ ਨੇ ਉਹਨਾਂ ਕੋਲ। ਉਹ ਕਹਿੰਦੇ ਨੇ ਮੈਂ ਕੁਛ ਮਨ 'ਚ ਸੋਚਦੇ ਨੇ ਕਿ ਮੈਂ ਕੁਛ ਕਰਾਂ ਕਿ ਇਸ ਚੀਜ਼ ਨੂੰ ਮੈਂ ਟਾਲ ਸਕਾਂ, ਇਸ ਹੋਣੀ ਨੂੰ ਮੈਂ ਟਾਲ ਸਕਾਂ। ਅਤੇ ਬ੍ਰਹਮਾ ਜੀ ਕੋਲ ਜਾਂਦੇ ਨੇ, ਬ੍ਰਹਮਾ ਜੀ ਸਾਰੇ ਸੰਸਾਰ ਦੇ ਜਿਹੜੇ ਨੇ ਰਚਨਹਾਰ ਨੇ, ਉਤਪਾਦਕ ਨੇ, ਅਤੇ ਬ੍ਰਹਮਾ ਜੀ ਕੋਲ ਜਾਂਦੇ ਨੇ ਅਤੇ ਬ੍ਰਹਮਾ ਜੀ ਨੂੰ ਕਹਿੰਦੇ ਨੇ, ਆਪਣਾ ਬਾਲਕ ਨਾਲ ਲੈ ਕੇ ਜਾਂਦੇ ਨੇ ਕਿ ਇੰਨਾ ਹੋਣਹਾਰ ਬਾਲਕ ਹੈ ਅਤੇ ਇਹਦੀ ਉਮਰ 12 ਸਾਲ ਲਿਖੀ ਹੋਈ ਹੈ, ਜਿਸ ਤਰ੍ਹਾਂ ਮਰਜ਼ੀ ਕਰੋ ਇਹਦੀ ਉਮਰ ਨੂੰ ਵਧਾਓ। ਅਤੇ ਬ੍ਰਹਮਾ ਜੀ ਉਹਨਾਂ ਨੂੰ ਕਹਿੰਦੇ ਨੇ ਕਿ ਮੈਂ ਸਿਰਫ ਸ੍ਰਿਸ਼ਟੀ ਦਾ ਰਚਨਹਾਰ ਹਾਂ, ਇਸ ਤੋਂ ਅੱਗੇ ਮੈਂ ਕੁਛ ਨਹੀਂ ਕਰ ਸਕਦਾ, ਇਹ ਮੇਰੇ ਵੱਸ ਦੇ ਵਿੱਚ ਨਹੀਂ ਹੈ, ਤੁਸੀਂ ਵਿਸ਼ਨੂੰ ਜੀ ਕੋਲ ਜਾਓ। ਵਿਸ਼ਨੂੰ ਜੀ ਜਿਹੜੇ ਨੇ ਉਹ ਪਾਲਣਹਾਰ ਹੁੰਦੇ ਨੇ, ਅਤੇ ਬ੍ਰਹਮਾ ਜੀ ਆਪ ਵੀ ਉਸ ਗੁਰੂ ਜੀ ਦੇ ਨਾਲ ਵਿਸ਼ਨੂੰ ਜੀ ਕੋਲ ਚਲੇ ਜਾਂਦੇ ਨੇ, ਨਾਲ ਬਾਲਕ ਹੁੰਦਾ, ਨਾਲ ਵਿਸ਼ਨੂੰ ਜੀ ਕੋਲ ਜਾਂਦੇ ਨੇ, ਗੁਰੂ ਜੀ ਹੁੰਦੇ ਨੇ ਅਤੇ ਨਾਲ ਬ੍ਰਹਮਾ ਜੀ ਹੁੰਦੇ ਨੇ। ਵਿਸ਼ਨੂੰ ਜੀ ਨੂੰ ਸਾਰੀ ਗੱਲ ਦੱਸਦੇ ਨੇ, ਵਿਆਥਾ ਸੁਣਾਉਂਦੇ ਨੇ, ਅਤੇ ਵਿਸ਼ਨੂੰ ਜੀ ਕਹਿੰਦੇ ਨੇ ਕਿ ਮੈਂ ਪਾਲਣਹਾਰ ਹਾਂ, ਨਾ ਮੈਂ ਵਧਾ ਸਕਦਾ ਨਾ ਮੈਂ ਘਟਾ ਸਕਦਾ ਵਾਂ, ਬਿਲਕੁਲ ਵੀ ਮੈਂ ਕੁਛ ਨਹੀਂ ਕਰ ਸਕਦਾ ਇਹਦੇ 'ਚ। ਪਰ ਉਹਨਾਂ ਨੂੰ ਵੀ ਗੁਰੂ ਜੀ ਦਾ ਜਿਹੜਾ ਕੰਸਰਨ ਦੇਖਦੇ ਨੇ, ਉਹ ਵੀ ਅੰਦਰੋਂ ਬੜੇ ਵਿਆਕੁਲ ਹੋ ਜਾਂਦੇ ਨੇ। ਉਹ ਕਹਿੰਦੇ ਨੇ ਚਲੋ ਸ਼ਿਵ ਜੀ ਜਿਹੜੇ ਨੇ ਉਹ ਸਭ ਤੋਂ ਪਹਿਲੇ ਯੋਗੀ ਹੈ ਅਤੇ ਸਭ ਤੋਂ ਵੱਡੇ ਯੋਗੀ ਹੈ ਅਤੇ ਉਹਨਾਂ ਨੂੰ ਬਹੁਤ ਸਿੱਧੀਆਂ ਪ੍ਰਾਪਤ ਹੈਗੀਆਂ ਮੈਂ, ਅਤੇ ਸ਼ਿਵ ਜੀ ਕੋਲੋਂ ਚੱਲਦੇ ਹਾਂ, ਉਹਨਾਂ ਕੋਲ ਹੋ ਸਕਦਾ ਕਿ ਕੋਈ ਉਪਾਏ ਹੋਵੇ ਜਾਂ ਉਹ ਇਹਦੀ ਉਮਰ ਨੂੰ ਵਧਾ ਸਕਣ। ਅਤੇ ਜਦੋਂ ਸ਼ਿਵ ਜੀ ਕੋਲ ਜਾਂਦੇ ਨੇ ਅਤੇ ਸ਼ਿਵ ਜੀ ਵੀ ਉਹਨਾਂ ਨੂੰ ਪੂਰੀ ਗੱਲ ਸੁਣ ਕੇ ਇਹ ਕਹਿੰਦੇ ਨੇ ਕਿ ਮੈਂ ਤਾਂ ਡਿਸਟਰੋਇਰ ਹਾਂ, ਮੈਂ ਵਿਨਾਸ਼ਕ ਹਾਂ, ਮੈਂ ਉਮਰ ਨੂੰ ਨਹੀਂ ਵਧਾ ਸਕਦਾ, ਅਤੇ ਨਾਲੇ ਨੇਚਰ ਦੀ ਜਿਹੜਾ ਕਿਰਿਆ ਹੈ ਮੈਂ ਉਹਦੇ ਵਿੱਚ ਇੰਟਰਵੀਨ ਨਹੀਂ ਕਰਨਾ ਬਿਲਕੁਲ ਵੀ। ਅਤੇ ਤੁਸੀਂ ਨੇਚਰ ਨੂੰ ਅਬਜ਼ਰਵ ਕਰੋ, ਦੇਖੋ ਕਿ ਵਕਤ ਨਾਲ ਕੀ ਹੁੰਦਾ ਅਤੇ ਕੀ ਨਹੀਂ ਹੁੰਦਾ। ਪਰ ਉਹ ਗੁਰੂ ਜੀ ਜਿਹੜੇ ਹੁੰਦੇ ਨੇ ਉਹ ਮੰਨਦੇ ਹੀ ਨਹੀਂ ਹੈਗੇ, ਉਹਨਾਂ ਨੂੰ ਆਪਣੇ ਸ਼ਿਸ਼ੇ ਨਾਲ ਇੰਨਾ ਅਟੈਚਮੈਂਟ, ਇੰਨੀ ਪਿਆਰ ਹੁੰਦਾ, ਨਾਲੇ ਉਹਨਾਂ ਨੂੰ ਹੁੰਦਾ ਕਿ ਇਹ ਬਹੁਤ ਮਤਲਬ ਇੱਕ ਹੋਣਹਾਰ ਬੱਚਾ ਅਤੇ ਇਹਦਾ ਸ੍ਰਿਸ਼ਟੀ ਦੇ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ, ਨਹੀਂ ਮੰਨਦੇ ਬਿਲਕੁਲ ਵੀ। ਸ਼ਿਵ ਜੀ ਕਹਿੰਦੇ ਨੇ ਚਲੋ ਫਿਰ ਇਸ ਤਰ੍ਹਾਂ ਕਰਦੇ ਨੇ ਕਿ ਜਿਹੜੇ ਮੌਤ ਦਾ ਦੇਵਤਾ ਹੈ ਧਰਮਰਾਜ, ਉਹਨਾਂ ਕੋਲ ਚੱਲਦੇ ਹਾਂ, ਕਿਉਂਕਿ ਸਾਰਾ ਜੀਵਨ ਮਰਨ ਦਾ ਲੇਖਾ ਜੋਖਾ ਜਿਹੜਾ ਧਰਮਰਾਜ ਕੋਲ ਹੁੰਦਾ, ਅਤੇ ਫਿਰ ਜੇ ਧਰਮਰਾਜ ਹੀ ਸਭ ਕੁਛ ਕਰ ਸਕਦੇ ਆ ਤਾਂ ਧਰਮਰਾਜ ਕੋਲ ਚੱਲਦੇ ਆ।
ਇਹ ਸਾਰੇ ਪ੍ਰੋਸੈਸ ਦੇ ਵਿੱਚ ਜਿਹੜੇ ਨੇ 2 ਸਾਲ ਲੱਗ ਜਾਂਦੇ ਨੇ, ਪਹਿਲਾਂ ਬ੍ਰਹਮਾ ਜੀ ਕੋਲ ਜਾਣਾ, ਫਿਰ ਵਿਸ਼ਨੂੰ ਜੀ ਕੋਲ ਜਾਣਾ, ਫਿਰ ਸ਼ਿਵ ਜੀ ਕੋਲ ਜਾਣਾ, ਅਤੇ ਜਦੋਂ ਤਿੰਨੋਂ ਦੇਵਤਾ ਮਿਲ ਕੇ ਗੁਰੂ ਅਤੇ ਉਹ ਬਾਲਕ ਧਰਮਰਾਜ ਦੇ ਦਰਬਾਰ ਦੇ ਵਿੱਚ ਜਾਂਦੇ ਨੇ ਅਤੇ ਉੱਥੇ ਉਹ ਬੱਚਾ ਜਿਹੜਾ ਡਿੱਗ ਜਾਂਦਾ ਅਤੇ ਉਹਦੀ ਮੌਤ ਹੋ ਜਾਂਦੀ ਹੈ। ਉਹ ਗੁਰੂ ਜੀ ਬੜੇ ਹੈਰਾਨ ਹੁੰਦੇ ਨੇ ਕਿ ਤਿੰਨੋਂ ਦੇਵਤਾ, ਤਿੰਨੋਂ ਭਗਵਾਨ ਖੜ੍ਹੇ ਨੇ ਇੱਥੇ, ਬ੍ਰਹਮਾ ਜੀ, ਵਿਸ਼ਨੂੰ ਜੀ ਅਤੇ ਸ਼ਿਵ ਜੀ, ਅਤੇ ਧਰਮਰਾਜ ਜੀ ਵੀ ਇੱਥੇ ਹੀ ਬੈਠੇ ਨੇ, ਅਤੇ ਇਹ ਬੱਚੇ ਦੀ ਮੌਤ ਕਿਸ ਤਰ੍ਹਾਂ ਹੋ ਗਈ ਹੈ। ਇਕਦਮ ਘਬਰਾ ਜਾਂਦੇ ਨੇ ਅਤੇ ਧਰਮਰਾਜ ਜਿਹੜੇ ਆ ਇਸ ਤਰ੍ਹਾਂ ਉੱਪਰ ਮੂੰਹ ਕਰਕੇ ਇਸ ਤਰ੍ਹਾਂ ਦੇਖਦੇ ਨੇ ਜਿਸ ਤਰ੍ਹਾਂ ਕੁਛ ਪੜ੍ਹ ਰਹੇ ਹੁੰਦੇ ਨੇ। ਸਾਰਾ ਲੇਖਾ ਜੋਖਾ ਉਹਨਾਂ ਕੋਲ ਹਿਸਾਬ ਹੁੰਦਾ, ਉਹ ਪੜ੍ਹ ਰਹੇ ਹੁੰਦੇ ਨੇ, ਅਤੇ ਜਦੋਂ ਪੜ੍ਹ ਕੇ ਦੱਸਦੇ ਨੇ ਕਿ ਇਹ ਕਹਿੰਦੇ ਇਸ ਬੱਚੇ ਦੇ ਵਿੱਚ ਇੰਨੀ ਕੁ ਕਾਰਜ ਸਮਰੱਥਾ ਸੀਗੀ ਕਿ ਉਹ ਦੁਨੀਆਂ ਨੂੰ ਬਦਲ ਸਕਦਾ ਸੀ, ਔਰ ਮੇਰੇ ਹੱਥ ਕੀ ਮੌਤ ਦੇ ਹੱਥ ਵੀ ਇਹਨੂੰ ਪਹੁੰਚ ਨਹੀਂ ਸੀ ਸਕਦੇ ਬਿਲਕੁਲ ਵੀ। ਇਹਦੀ ਮੌਤ ਲਿਖੀ ਨਹੀਂ ਸੀਗੀ ਬਿਲਕੁਲ ਵੀ, ਉਹ ਸਿਰਫ ਇੱਕ ਕਾਰਨ ਸੀ ਜਿਹਦੇ ਕਰਕੇ ਉਹਦੀ ਮੌਤ ਹੋ ਸਕਦੀ ਸੀ, ਔਰ ਉਹ ਕਾਰਨ ਇਹ ਸੀ ਕਿ ਜੇ ਬ੍ਰਹਮਾ, ਵਿਸ਼ਨੂੰ, ਸ਼ਿਵ ਜੀ ਅਤੇ ਗੁਰੂ ਇਹਦੇ ਬੱਚੇ ਦੇ ਆਪ ਅਤੇ ਬਾਲਕ ਹੈ ਆਪ ਯਮਰਾਜ ਦੇ ਦਰਬਾਰ ਦੇ ਵਿੱਚ ਆਪ ਆਏ ਅਤੇ ਉਹਦੀ ਮੌਤ ਹੋ ਸਕਦੀ ਸੀ, ਨਹੀਂ ਤਾਂ ਅਦਰਵਾਈਜ਼ ਉਹਦੀ ਮੌਤ ਜਿਹੜੀ ਸੀ ਨਹੀਂ ਸੀ ਹੋ ਸਕਦੀ। ਅਤੇ ਉਹ ਗੁਰੂ ਵੱਲ ਧਿਆਨ ਕਰਕੇ ਕਹਿੰਦੇ ਆ ਕਿ ਜੇ ਤੁਸੀਂ ਇਹਦੀ ਕੁੰਡਲੀ ਨਾ ਦੇਖੀ ਹੁੰਦੀ ਤਾਂ ਅੱਜ ਇਹ ਨਾ ਹੁੰਦਾ ਜੋ ਹੈ ਹੋਇਆ। ਸੋ ਇਸ ਤੋਂ ਮੇਰੇ ਖਿਆਲ ਤੁਹਾਨੂੰ ਪਤਾ ਲੱਗ ਗਿਆ ਹੋਏਗਾ ਕਿ ਮੈਂ ਕੀ ਕਨਵੇ ਕਰਨਾ ਚਾਹੁੰਦੀ ਹਾਂ, ਠੀਕ ਹੈ। ਔਰ ਜਿਹੜੀਆਂ ਚੀਜ਼ਾਂ ਸਾਡੇ ਕੰਟਰੋਲ 'ਚ ਨਹੀਂ ਨੇ ਉਹਨਾਂ ਨੂੰ ਗ੍ਰੇਸਫੁਲੀ ਐਕਸੈਪਟ ਕਰਨਾ ਸਿੱਖਣਾ ਚਾਹੀਦਾ ਹੈ, ਅਤੇ ਜਿਹੜੀਆਂ ਸਾਡੇ ਕੰਟਰੋਲ ਦੇ ਵਿੱਚ ਨੇ ਉਹਨਾਂ ਦੇ ਉੱਤੇ ਕੰਮ ਕਰਨਾ ਚਾਹੀਦਾ ਹੈ। ਆਪਣੀ ਕਿਸਮਤ ਨੂੰ ਬਦਲਣ ਦਾ ਇੱਕੋ ਹੀ ਤਰੀਕਾ ਹੁੰਦਾ ਹੈ ਕਿ ਤੁਸੀਂ ਆਪਣੇ ਆਪ 'ਤੇ ਕੰਮ ਕਰੋ। ਕੋਈ ਵੀ ਮੈਰਿਜ, ਅਸੀਂ ਅਕਸਰ ਕਹਿੰਦੇ ਹਾਂ ਕਿ ਇਹ ਵਿਆਹ ਨਹੀਂ ਚੱਲਦਾ ਜਾਂ ਇਸ ਵਿਆਹ ਦੇ ਵਿੱਚ ਸਮੱਸਿਆ ਹੈ, ਉਹ ਵਿਆਹ ਉਸੇ ਤਰ੍ਹਾਂ ਚੱਲ ਸਕਦਾ ਜੇ ਉਸ ਵਿਆਹ ਦੇ ਉੱਤੇ ਕੰਮ ਕੀਤਾ ਜਾਏ। ਕੋਈ ਇਨਸਾਨ ਜੇ ਕਰਜ਼ੇ ਥੱਲੇ ਦੱਬਿਆ ਅਤੇ ਉਹ ਕਰਜ਼ੇ ਤੋਂ ਤਦੇ ਮੁਕਤੀ ਪਾ ਸਕਦਾ, ਜਾਂ ਤਾਂ ਉਹ ਆਪਣੀ ਕਮਾਈ ਨੂੰ ਵਧਾਏ ਅਤੇ ਜਾਂ ਉਹ ਆਪਣੇ ਖਰਚੇ ਨੂੰ ਘਟਾਏ। ਉਹਦਾ ਕੋਈ ਹੋਰ ਤਰੀਕਾ, ਕੋਈ ਜੈਮਸ ਪਾਉਣੇ, ਕੋਈ ਸਟੋਨਸ ਪਾਉਣੇ, ਕੋਈ ਹੋਰ ਕਿਸੇ ਤਰ੍ਹਾਂ ਦਾ ਕਾਰ ਵਿਹਾਰ ਕਰਨਾ, ਉਹਦੇ ਨਾਲ ਕੁਝ ਨਹੀਂ ਹੋ ਸਕਦਾ। ਐਂਡ ਕੋਈ ਵੀ ਉਹ ਵਾਲੀ ਚੀਜ਼ ਜਿਹੜੀ ਤੁਹਾਡੇ ਅੰਦਰ ਡਰ ਪੈਦਾ ਕਰਦੀ ਹੈ ਕਿਸੇ ਵੀ ਤਰ੍ਹਾਂ ਦਾ, ਉਹਦੇ ਤੋਂ ਦੂਰ ਰਹਿਣਾ ਚਾਹੀਦਾ। ਜੇ ਅਸੀਂ ਸਹੀ ਕੰਮ ਕਰਦੇ ਹਾਂ, ਪਰਮਾਤਮਾ ਦੇ ਵਿੱਚ ਆਪਣੇ ਵਿਸ਼ਵਾਸ ਰੱਖੀਏ, ਫਿਰ ਉਸ ਪਰਮਾਤਮਾ 'ਤੇ ਵਿਸ਼ਵਾਸ ਰੱਖੀਏ, ਚੰਗੇ ਕਰਮ ਕਰੀਏ, ਕੰਪੈਸ਼ਨੇਟ ਹੋਈਏ, ਤਾਂ ਮੇਰੇ ਖਿਆਲ ਸਾਨੂੰ ਐਸਟ੍ਰੋਲੋਜੀ ਬਾਰੇ ਫਿਕਰ ਕਰਨ ਦੀ ਲੋੜ ਨਹੀਂ ਹੈ। ਐਸਟ੍ਰੋਲੋਜੀ ਨੋ ਡਾਊਟ ਸਾਇੰਸ ਹੈ ਪਲੈਨਟਸ ਅਤੇ ਸਟਾਰਸ ਦੀ। ਤੁਸੀਂ ਲਾਇਬ੍ਰੇਰੀ ਜਾਓ ਨਾ, ਤੁਹਾਨੂੰ ਪੂਰੀ ਸਾਇੰਸ ਮਿਲੇਗੀ ਪਲੈਨਟਸ ਅਤੇ ਸਟਾਰਸ ਦੀ, ਅਤੇ ਇਹ ਪਲੈਨਟਸ ਅਤੇ ਸਟਾਰਸ ਦੀ ਮੂਵਮੈਂਟ ਸਾਡੇ 'ਤੇ ਕੀ ਅਸਰ ਪਾਉਂਦੀ ਹੈ ਉਹਦੀ ਸਾਇੰਸ ਹੈ। ਪਰ ਤੁਹਾਨੂੰ ਕਿਤੇ ਉਹ ਕਿਤਾਬ ਨਹੀਂ ਮਿਲੇਗੀ ਜਿਹਦੇ ਵਿੱਚ ਕਿ ਉਹਦੇ ਵਾਸਤੇ, ਉਹਦੇ ਬਚਨ ਵਾਸਤੇ ਕੋਈ ਉਪਾਅ ਲਿਖੇ ਹੋਣ। ਸੋ ਐਸਟ੍ਰੋਲੋਜੀ ਬਾਰੇ ਫਿਕਰ ਨਹੀਂ ਕਰਨੀ ਚਾਹੀਦੀ। ਗ੍ਰੇਸਫੁਲੀ ਆਪਣੀ ਡੈਸਟਨੀ ਨੂੰ, ਜੋ ਤੁਸੀਂ ਨਹੀਂ ਤੁਹਾਡੇ ਕੰਟਰੋਲ 'ਚ, ਉਹਨੂੰ ਐਕਸੈਪਟ ਕਰੋ। ਜੋ ਕਰ ਸਕਦੇ ਹੋ ਉਹਨੂੰ ਕਰੋ। ਸੋ ਦਿਸ ਇਜ਼ ਅਬਾਊਟ